ਸਤਿਕਾਰ ਸਾਰਿਆਂ ਨੂੰ ਤੁਸੀਂ ਦੇਖਦੇ ਆ ਅਮਨ ਨੂੰ ਟੋਰ ਬਿਊਟੀ ਤੇ ਸੋ ਅੱਜ ਮੈਂ ਤੁਹਾਡੇ ਵਾਸਤੇ ਇੱਕ ਪੰਜਾਬੀ ਦੇ ਵਿੱਚ ਵੀਡੀਓ ਲੈ ਕੇ ਆਈ ਆ ਮੈਂ ਦੋ ਤਿੰਨ ਵੀਡੀਓ ਪਿਛਲੀ ਵਾਰ ਪੰਜਾਬੀ ਦੇ ਵਿੱਚ ਕੀਤੀਆਂ ਸੀਗੀਆਂ ਤੇ ਕਾਫੀ ਲੋਕਾਂ ਨੂੰ ਬਹੁਤ ਪਸੰਦ ਵੀ ਆਈਆਂ ਤੇ ਮੈਨੂੰ ਕਾਫੀ ਲੋਕਾਂ ਨੇ ਇੰਸਟਾਗ੍ਰam ਤੇ ਮੈਨੂੰ ਮੈਸੇਜ ਭੇਜਿਆ ਸੀਗਾ ਵੀ ਤੁਸੀਂ ਹੋਰ ਵੀਡੀਓਜ਼ ਪੰਜਾਬੀ ਦੇ ਵਿੱਚ ਲੈ ਕੇ ਆਓ ਸੋ ਅੱਜ ਮੈਂ ਇਹ ਵੀਡੀਓ ਲੈ ਕੇ ਆਈ ਆ ਪੰਜਾਬੀ ਦੇ ਵਿੱਚ ਵੀ ਆਪਣੇ ਵਾਲ ਕਿਵੇਂ ਕਰਲ ਕਰਨੇ ਆ ਸੋ ਇਹ ਹਾਈਲੀ ਰਿਕੁਐਸਟਡ ਵੀਡੀਓ ਸੀਗੀ ਕਰਲ ਕਰਨ ਲਈ ਤੇ ਸਟ੍ਰੇਟਨ ਕਰਨ ਲਈ ਸੋ ਅੱਜ ਮੈਂ ਲੈ ਕੇ ਆਈ ਹਾਂ ਵੀਡੀਓ ਪੰਜਾਬੀ ਦੇ ਵਿੱਚ ਵੀ ਵਾਲ ਕਰਲ ਕਿੱਦਾਂ ਕਰਨੇ ਐਂਡ ਦੈਨ ਨੈਕਸਟ ਟਾਈਮ ਜੇ ਤੁਸੀਂ ਇਹ ਵੀਡੀਓ ਨੂੰ ਪਸੰਦ ਕੀਤੀ ਮੈਂ ਇੱਕ ਸਟ੍ਰੇਟਨ ਕਰਨ ਵਾਸਤੇ ਵੀ ਵੀਡੀਓ ਜ਼ਰੂਰ ਲੈ ਕੇ ਆਵਾਂਗੀ ਸੋ ਹੁਣ ਵਾਲੀਆਂ ਗੱਪਾਂ ਸ਼ੱਪਾਂ ਮਾਰਨ ਤੋਂ ਪਹਿਲਾਂ ਤੁਸੀਂ ਹੁਣ ਜਾਓ ਵੀਡੀਓ ਦੇ ਵਿੱਚ ਪਹਿਲੀ ਚੀਜ਼ ਮੇਰੀ ਪੰਜਾਬੀ ਨੂੰ ਜ਼ਰੂਰ ਤੁਸੀਂ ਐਕਸਕਿਊਜ਼ ਕਰਨਾ ਜਿੰਨੀ ਕੁ ਪੰਜਾਬੀ ਮੈਨੂੰ ਆਉਂਦੀ ਉਹ ਉਨੀ ਕੁ ਪੰਜਾਬੀ ਦੇ ਵਿੱਚ ਮੈਂ ਤੁਹਾਡੇ ਲਈ ਵੀਡੀਓ ਲੈ ਕੇ ਆਉਣ ਲੱਗੀ ਹਾਂ ਤੇ ਉਸੋ ਜੇ ਤੁਹਾਨੂੰ ਇਹ ਵੀਡੀਓ ਦੀ ਲੁੱਕ ਪਸੰਦ ਆ ਮੇਰਾ ਮੇਕਅਪ ਪਸੰਦ ਆ ਤੇ ਇਹ ਵੀਡੀਓ ਪਸੰਦ ਆ ਤੇ ਜ਼ਰੂਰ ਮੇਰੀ ਵੀਡੀਓ ਨੂੰ ਇੱਕ ਬਿਗ ਥੰਬਸ ਅਪ ਵੀ ਦੇਣਾ ਤੇ ਮੇਰੀ ਵੀਡੀਓ ਨੂੰ ਥੱਲੇ ਜਾ ਕੇ ਸਬਸਕ੍ਰਾਈਬ ਵੀ ਕਰਨਾ ਮੇਰਾ ਇੰਸਟਾਗ੍ਰam ਪੇਜ ਮੈਂ ਇੱਥੇ ਲਿੰਕ ਕੀਤਾ ਮੇਰੇ ਇੰਸਟਾਗ੍ਰam ਪੇਜ ਤੇ ਜ਼ਰੂਰ ਜਾ ਕੇ ਤੇ ਮੈਨੂੰ ਫੋਲੋ ਵੀ ਕਰਨਾ ਤੇ ਮੇਰੀ ਵੀਡੀਓਜ਼ ਨੂੰ ਨੋਟੀਫਿਕੇਸ਼ਨ ਬੈਲ ਵੀ ਔਨ ਕਰ ਦਿਓ ਸੋ ਜਦੋਂ ਵੀ ਮੇਰੀ ਨਵੀਂ ਵੀਡੀਓ ਆਉਂਗੀ ਤੇ ਤੁਹਾਨੂੰ ਇੱਕ ਈਮੇਲ ਆ ਜਾਊਗੀ ਫਿਰ ਮੇਰੀ ਵੀਡੀਓ ਅਪਲੋਡ ਹੋ ਗਈ ਤੇ ਤੁਸੀਂ ਉਹ ਵੀ ਦੇਖ ਸਕਦੇ ਆ ਸੋ ਵਾਲ ਕਰਲ ਕਰਨ ਨੂੰ ਜੇ ਤੁਸੀਂ ਦੇਖ ਸਕਦੇ ਮੇਰੇ ਵਾਲ ਹਲੇ ਫ੍ਰੀਜ਼ੀ ਜੇ ਆ ਸੋ ਇਹਨਾਂ ਨੂੰ ਮੈਂ ਪਰਸੋਂ ਧੋਤਾ ਸੀਗਾ ਤੇ ਇਹਨਾਂ ਨੂੰ ਪਰਸੋਂ ਮੈਂ ਸਟ੍ਰੇਟਨ ਕੀਤਾ ਸੀਗਾ ਐਂਡ ਕੱਲ ਮੈਂ ਜੂਰਜ ਦੇ ਵਿੱਚ ਰੱਖੇ ਸੀਗੇ ਕਰਕੇ ਕਿਤੇ ਗਏ ਨਹੀਂ ਸੀਗੇ ਤੇ ਮੇਰੇ ਵਾਲ ਬਸ ਉੱਦੇ ਬੰਨੇ ਹੋਏ ਸੀਗੇ ਸੋ ਜਿਹੜਾ ਮੈਂ ਕਲਰ ਯੂਜ਼ ਕਰਨਾ ਆ ਇਹ ਹੈਗਾ ਆ ਰੈਮਿੰਗਟਨ ਦਾ ਕਲਰ ਇਹਦਾ ਪ੍ਰੋਡਕਟ ਐਗਜੈਕਟਲੀ ਇਹਦਾ ਮਾਡਲ ਹੈਗਾ ਆ CI9539 ਰੈਮਿੰਗਟਨ ਦਾ ਕਲਰ ਆ ਇਹ ਸਸਤਾ ਆ ਬਹੁਤਾ ਜ਼ਿਆਦਾ ਮਹਿੰਗਾ ਵੀ ਨਹੀਂ ਹੈਗਾ ਆਈ ਥਿੰਕ ਮੈਂ ਇਹ ਕਲਰ ਲਿਆ ਸੀਗਾ ਆਈ ਥਿੰਕ ਮੈਂ 6-7 ਸਾਲ ਪਹਿਲਾਂ ਲਿਆ ਸੀਗਾ ਐਂਡ ਉਦੋਂ ਤੱਕ ਇਹ ਹੁਣ ਤੱਕ ਚੱਲੀ ਜਾਂਦਾ ਬਹੁਤ ਵਧੀਆ ਐਂਡ ਇਹ ਲਿਆ ਸੀਗਾ ਮੈਂ 22 ਜਾਂ 23 ਪੌਂਡਾਂ ਦਾ 22-23 ਪੌਂਡਸ ਦਾ ਐਂਡ ਇਹ ਮੈਂ ਲਿਆ ਸੀਗਾ ਆਗਸਟ ਤੋਂ ਮੈਂ ਇਹਨੂੰ ਲਿੰਕ ਕਰ ਦੂੰਗੀ ਥੱਲੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸੋ ਜੇ ਤੁਸੀਂ ਇਹ ਕਲਰ ਖਰੀਦਣਾ ਚਾਹੁੰਦੇ ਆ ਤੇ ਜ਼ਰੂਰ ਖਰੀਦਿਓ ਇਹ ਮੇਰਾ ਬੈਸਟ ਕਲਰ ਆ ਅਤੇ 2 ਹਫ਼ਤੇ ਪਹਿਲਾਂ ਮੈਂ ਬੰਬੇ ਹੈਅਰ ਕਲਰ ਲੈਣ ਲੱਗੀ ਸੀਗੀ ਐਂਡ ਦੈਨ ਮੈਨੂੰ ਬਹੁਤ ਜ਼ਿਆਦਾ ਲੋਕਾਂ ਨੇ ਕਿਹਾ ਸੀਗਾ ਵੀ ਪੈਸੇ ਬਰਬਾਦ ਕਰਨ ਦਾ ਕੋਈ ਫਾਇਦਾ ਹੀ ਨਹੀਂ ਕਰਕੇ ਜੋ ਚੀਜ਼ਾਂ ਉਹ ਕਲਰ ਕਰ ਸਕਦੀਆਂ ਉਹੀ ਜੇ ਸਸਤਾ ਕਲਰ ਕਰ ਸਕਦਾ ਸੋ ਅਸੀਂ ਪੈਸੇ ਕਾਹਤੋਂ ਵੇਸਟ ਕਰਨੇ ਆ ਸੋ ਹੁਣ ਜੇ ਤੁਸੀਂ ਦੇਖ ਸਕਦੇ ਮੇਰੇ ਵਾਲ ਬੰਨੇ ਹੋਏ ਆ ਮੈਂ ਇਹਨਾਂ ਨੂੰ ਹੁਣ ਖੋਲ ਕੇ ਐਂਡ ਛੇਤੀ ਇੱਕ ਬਰਸ਼ ਲੈ ਕੇ ਤੇ ਇਹਨਾਂ ਦੇ ਵਿੱਚ ਇਹਨਾਂ ਨੂੰ ਵਾਲਣਾ ਆ ਮੇਰੇ ਵਾਲ ਬਹੁਤੇ ਟੈਂਗਲ ਨਹੀਂ ਹੈਗੇ ਬਿਕੋਜ਼ ਮੈਂ ਕੰਡੀਸ਼ਨਰ ਵਰਤਦੀ ਹੁੰਦੀ ਆ ਐਂਡ ਜੇ ਤੁਸੀਂ ਜਾਣਨਾ ਚਾਹੋਗੇ ਵੀ ਕਿਹੜਾ ਮੈਂ ਸ਼ੈਂਪੂ ਕੰਡੀਸ਼ਨਰ ਵਰਤਦੀ ਆ ਉਹ ਹੈਗਾ ਜਿਹੜਾ ਸ਼ੈਂਪੂ ਮੈਂ ਵਰਤਦੀ ਆ ਉਹ ਹੈਗਾ ਹੈਡ ਐਂਡ ਸ਼ੋਲਡਰਸ ਦਾ ਸ਼ੈਂਪੂ ਤੇ ਜਿਹੜਾ ਕੰਡੀਸ਼ਨਰ ਮੈਂ ਵਰਤਦੀ ਆ ਉਹ ਹੈਗਾ ਟ੍ਰੈਜ਼ਮੇ ਦਾ ਸੋ ਹੈਡ ਐਂਡ ਸ਼ੋਲਡਰਸ ਮੈਂ ਤਾਂ ਵਰਤਦੀ ਬਿਕੋਜ਼ ਮੇਰੀ ਸਕੈਲਪ ਕਾਫੀ ਡਰਾਈ ਰਹਿੰਦੀ ਆ ਤੇ ਜੇ ਤੁਸੀਂ ਮੇਰਾ ਇੰਸਟਾਗ੍ਰam ਜਾਂ ਮੈਨੂੰ ਪਹਿਲਾਂ ਤੋਂ ਫੋਲੋ ਕਰਦੇ ਆ ਤੁਹਾਨੂੰ ਪਤਾ ਹੋਊਗਾ ਵੇ ਮੇਰੇ ਕੋਲ 2 ਨਿਆਣੇ ਵੀ ਆ ਤੇ ਹੁਣੇ ਮੈਂ ਪ੍ਰੈਗਨੈਂਸੀ ਦੇ ਵਿੱਚੋਂ ਵੀ ਨਿਕਲੀ ਆ ਸੋ ਮੇਰੀ ਸਕਿਨ ਮੇਰਾ ਮੂੰਹ ਮੇਰੀ ਸਕੈਲਪ ਮੇਰਾ ਸਾਰਾ ਕੁਝ ਵੈਰੀ ਡਰਾਈ ਆ ਐਟ ਦ ਮੋਮੈਂਟ ਸੋ ਹੁਣ ਮੈਂ ਕੀ ਕਰਨਾ ਮੇਰੇ ਵਾਲਾਂ ਨੂੰ ਮੈਂ ਕੰਘੇ ਦੇ ਨਾਲ ਵਾਲਿਆ ਸੋ ਹੁਣ ਮੈਂ ਇੱਕ ਰਬਰ ਬੈਂਡ ਦੇ ਨਾਲ ਸਿੰਪਲ ਜੀ ਰਬਰ ਬੈਂਡ ਨਾਲ ਆਪਣੇ ਵਾਲ ਚੱਕਣੇ ਸੋ ਹੁਣ ਜਿਹੜੇ ਮੇਰੇ ਵਾਲ ਚੱਕਣੇ ਆ ਇੱਥੋਂ ਮੇਰੇ ਕੰਨ ਦੇ ਜਿਹੜਾ ਉੱਤੇ ਆ ਇੱਥੋਂ ਕ ਲੈ ਕੇ ਮੈਂ ਸਾਰੇ ਵਾਲ ਚੱਕ ਲੈਣੇ ਐਂਡ ਸੈਪਰੇਟ ਕਰ ਲੈਣੇ ਆਹ ਵਾਲ ਮੈਂ ਲੈ ਲੈਣੇ ਐਂਡ ਥੱਲੇ ਵਾਲੇ ਥੱਲੇ ਰੱਖ ਲੈਣੇ ਐਂਡ ਇਹ ਵਾਲਾਂ ਨੂੰ ਮੈਂ ਪਿੱਛੇ ਇੱਕ ਜੂਰਾ ਜਿਹਾ ਕਰਕੇ ਤੇ ਇੱਕ ਨਾਈਸ ਸਟਰੋਂਗ ਰਬਰ ਬੈਂਡ ਨਾਲ ਬੰਨ ਲੈਣੇ ਆ ਸੋ ਹੁਣ ਜੇ ਤੁਸੀਂ ਦੇਖੋਗੇ ਸਾਡੇ ਇੰਨੇ ਕੁ ਵਾਲ ਇੱਥੇ ਬਚ ਗਏ ਆ ਸੋ ਦੋਨਾਂ ਸਾਈਡਾਂ ਤੋਂ ਮੈਂ ਦਿਖਾ ਦਿੰਦੀ ਹਾਂ ਹੁਣ ਇਹਨਾਂ ਵਾਲਾਂ ਨੂੰ ਅਸੀਂ ਕੀ ਕਰਨਾ ਆ ਅਸੀਂ ਥੋੜ੍ਹੇ ਥੋੜ੍ਹੇ ਸੈਕਸ਼ਨ ਲੈ ਕੇ ਤੇ ਇਹ ਵਾਲਾਂ ਨੂੰ ਅਸੀਂ ਕਰਲ ਕਰਨਾ ਆ ਜਿਹੜਾ ਆਹ ਕਲਰ ਆ ਇਹਦੀ ਮਿਨੀਮਮ ਡਿਗਰੀਜ਼ ਹੈਗੀ 180 ਡਿਗਰੀਜ਼ ਐਂਡ ਇਹਨਾਂ ਦੀ ਸਭ ਤੋਂ ਜ਼ਿਆਦਾ ਡਿਗਰੀਜ਼ ਹੈਗੀ 210 ਸੋ 210 ਡਿਗਰੀਜ਼ ਆ ਸੋ ਮੈਂ ਐਕਚੁਅਲੀ ਪ੍ਰੀਫਰ ਕਰਦੀ ਇਹਦੀ ਸਾਰਿਆਂ ਤੋਂ ਹਾਈਐਸਟ ਡਿਗਰੀਜ਼ ਵਰਤਨੇ ਨੂੰ ਬਿਕੋਜ਼ ਮੈਨੂੰ ਉਹ ਕਰਲ ਚਾਹੀਦਾ ਆਪਣੇ ਵਾਲਾਂ ਦੇ ਵਿੱਚ ਜਿਹੜਾ ਪੂਰਾ ਦਿਹਾੜੀ ਜਿੱਦਾਂ ਲਾਸਟ ਹੋ ਜਾਵੇ ਜਾਂ ਮੇਰੇ ਵਾਲ ਵੇਵੀ ਹੋਣ ਪਰ ਬਾਰੇ ਫਲੈਟ ਨਾ ਹੋ ਜਾਣ ਸੋ ਮੈਂ 210 ਤੇ ਰੱਖਣਾ ਹੈ ਇਹਨੂੰ ਪਰ ਤੁਹਾਡੀ ਆਪਣੀ ਮਰਜ਼ੀ ਹੈ ਜੇ ਤੁਸੀਂ ਆਪਣੇ ਵਾਲਾਂ ਨੂੰ ਕਾਫੀ ਕੇਅਰ ਕਰਦੇ ਆ ਜੇ ਤੁਹਾਡੇ ਵਾਲ ਕਾਫੀ ਥਿੰਨ ਆ ਮੇਰੇ ਤਾਂ ਵਾਲ ਕਾਫੀ ਥਿੱਕ ਆ ਜੇ ਤੁਹਾਡੇ ਥਿੰਨ ਆ
ਤੇ ਤੁਸੀਂ ਨਹੀਂ ਚਾਹੁੰਦੇ ਵੀ ਤੁਹਾਡੇ ਜਿਹੜੇ ਬੱਚੇ ਬੁੱਚੇ ਵਾਲ ਆ ਉਹ ਸੜ ਜਾਣ, ਤੇ ਜ਼ਰੂਰ ਤੁਸੀਂ ਲੋਅ ਡਿਗਰੀਜ਼ ਦੇ ਉੱਤੇ ਜੋ ਵੀ ਕੋਈ ਹੀਟ ਵਾਲਾ ਪ੍ਰੋਡਕਟ ਹੋਵੇ, ਹੈਅਰ ਡਰਾਇਰ ਹੋਵੇ, ਹੈਅਰ ਸਟੇਟਨਰ ਹੋਵੇ, ਹੈਅਰ ਕਲਰ ਹੋਵੇ, ਜੋ ਵੀ ਹੈਗਾ ਤੁਸੀਂ ਹਮੇਸ਼ਾ ਲੋਅ 'ਤੇ ਵਰਤਿਆ ਕਰੋ, ਬਿਕੋਜ਼ ਉਹਦਾ ਨਹੀਂ ਤਾਂ ਫਿਰ ਤੁਹਾਡੇ ਵਾਲ ਹੋਰ ਜਲ ਜਾਣੇ। ਅਤੇ ਮੈਂ ਕੋਈ ਹੀਟ ਪ੍ਰੋਟੈਕਟਰ ਨਹੀਂ ਯੂਜ਼ ਕਰਦੀ ਆਪਣੇ ਵਾਲਾਂ ਨੂੰ, ਕਰਕੇ ਮੇਰੇ ਵਾਲ ਕਾਫੀ ਥਿੱਕ ਆ, ਅਤੇ ਕਈ ਵਾਰੀ ਮੈਨੂੰ ਲੱਗਦਾ ਜਦੋਂ ਮੈਂ ਹੀਟ ਪ੍ਰੋਟੈਕਟੈਂਟ ਯੂਜ਼ ਕਰਦੀ ਉਹਦੇ ਨਾਲ ਮੇਰੇ ਵਾਲ ਜ਼ਿਆਦਾ ਗਰੀਸੀ ਹੋ ਜਾਂਦੇ, ਫਿਰ ਮੈਨੂੰ ਹਫ਼ਤੇ ਦੇ ਵਿੱਚ ਜ਼ਿਆਦਾ ਟਾਈਮ ਧੋਣੇ ਪੈਂਦੇ ਆ। ਸੋ ਉਹੀ ਜੇ ਜ਼ਿਆਦਾ ਪ੍ਰੋਡਕਟਸ ਤੁਸੀਂ ਵਰਤੋਂਗੇ, ਆਪਣਾ ਮੂੰਹ ਬਾਰੇ ਸੋਚ ਲਓ, ਜਿੰਨੇ ਜ਼ਿਆਦਾ ਤੁਸੀਂ ਪ੍ਰੋਡਕਟਸ ਲਾਓਗੇ ਆਪਣੇ ਮੂੰਹ 'ਤੇ ਉੱਨਾ ਜ਼ਿਆਦਾ ਵੀ ਮੂੰਹ ਤੁਹਾਡਾ ਛੇਤੀ ਖਰਾਬ ਹੁੰਦਾ ਆ। ਐਂਡ ਇਹੀ ਚੀਜ਼ ਆ, ਹੁਣ ਜਿੰਨੇ ਜਿੰਨੇ ਤੁਸੀਂ ਪ੍ਰੋਡਕਟ ਅਪਲਾਈ ਕਰੇ ਜਾਂਦੇ ਉਨੇ ਗਰੀਸੀ ਹੋਏ ਜਾਂਦੇ ਤੁਹਾਡੇ ਵਾਲ, ਫਿਰ ਹਫ਼ਤੇ ਦੇ ਵਿੱਚ ਤੁਹਾਨੂੰ ਐਟਲੀਸਟ ਦੋ ਜਾਂ ਤਿੰਨ ਵਾਰ ਧੋਣੇ ਹੀ ਪੈਂਦੇ ਆ। ਅਤੇ ਮੈਂ ਹਮੇਸ਼ਾ ਇਹੀ ਕੋਸ਼ਿਸ਼ ਕਰਦੀ ਹੁੰਦੀ ਹਾਂ ਕਿ ਮੈਂ ਹਫ਼ਤੇ ਦੇ ਵਿੱਚ ਦੋ ਵਾਰੀ ਵਾਲ ਧੋਵਾਂ। ਕੋਸ਼ਿਸ਼ ਤਾਂ ਇਹੀ ਹੁੰਦੀ ਵੀ ਇੱਕ ਵਾਰੀ ਧੋਵਾਂ, ਪਰ ਯੈਸ ਦੋ ਵਾਰੀ ਧੋ ਹੋ ਜਾਂਦੇ, ਕਰਕੇ ਆਉਣਾ ਜਾਣਾ ਹੁੰਦਾ ਕਿਤੇ ਜਾਂ ਕੁਛ ਕਰਨਾ ਹੁੰਦਾ, ਸੋ ਦੋ ਵਾਰ ਧੋ ਹੋ ਜਾਂਦੇ। ਪਰ ਜਿੰਨੇ ਜ਼ਿਆਦਾ ਲੌਂਗ ਟਾਈਮ ਨੇ ਤੁਸੀਂ ਆਪਣਾ ਜਿਹੜਾ ਨੈਚੁਰਲ ਵਾਲਾਂ ਦਾ ਗਰੀਸ ਆ ਉਹ ਆਪਣੇ ਸਿਰ ਦੇ ਵਿੱਚ ਵੀ ਤੁਸੀਂ ਰੱਖੋਗੇ, ਉਨਾ ਜ਼ਿਆਦਾ ਤੁਹਾਡੇ ਹੀ ਸੈੱਲ ਬੈਟਰ ਹੋਊਗਾ। ਸੋ ਹੁਣ ਸ਼ੁਰੂ ਕਰਦੇ ਹਾਂ। ਹੁਣ ਮੈਂ ਕੀ ਕਰਨਾ, ਮੈਂ ਆਪਣੇ ਵਾਲਾਂ 'ਚੋਂ ਇੱਕ ਛੋਟਾ ਜਿਹਾ ਅਮਾਊਂਟ ਲੈ ਲੈਣਾ, ਬਸ ਥੋੜ੍ਹਾ ਜਿਹਾ ਹੋਣਾ ਇੰਨਾ ਕੁ, ਹਾਂਜੀ ਤੁਸੀਂ ਦੇਖ ਸਕਦੇ ਇੰਨਾ ਕੁ ਸੈਕਸ਼ਨ ਰਹਿ ਗਿਆ। ਐਂਡ ਹੁਣ ਮੈਂ ਕੀ ਕਰਨਾ, ਆਪਣਾ ਕਰਲਰ ਲੈ ਲੈਣਾ ਆ। ਮੇਰੇ ਸਾਹਮਣੇ ਕੋਈ ਸ਼ੀਸ਼ਾ ਨਹੀਂ ਹੈਗਾ, ਸਿਰਫ ਕੈਮਰਾ ਹੈਗਾ, ਸੋ ਮੈਂ ਕੋਸ਼ਿਸ਼ ਕਰਨੀ ਵੀ ਮੇਰਾ ਕੋਈ ਗੱਲ ਗੋਲ ਨਾ ਸਰ ਜਾਵੇ। ਸੋ ਹੁਣ ਇਹਨੂੰ ਕਰਲਰ ਨੂੰ ਲੈ ਕੇ ਅਸੀਂ ਆਪਣੇ ਵਾਲਾਂ ਨੂੰ ਥੱਲੇ ਰੱਖਣਾ, ਅਤੇ ਹੁਣ ਮੈਂ ਹੌਲੀ ਹੌਲੀ ਆਪਣੇ ਕੰਮ ਦੇ ਕੋਲ ਲੈ ਕੇ ਜਾਊਂਗੀ ਅਤੇ ਆਪਣੇ ਵਾਲ ਰੈਪ ਕਰ ਦਿੰਦੇ ਹਾਂ। ਸੋ ਜੇ ਤੁਸੀਂ ਦੇਖ ਸਕਦੇ ਵੀ ਮੈਂ ਜਿਹੜਾ ਕਲਰ ਆ ਉਹ ਆਪਣੇ ਵਾਲਾਂ ਦੇ ਥੱਲੇ ਰੱਖਿਆ ਆ, ਅਤੇ ਜਿਹੜੇ ਵਾਲ ਆ ਕਲਰ ਦੇ ਉੱਤੇ ਮੈਂ ਕੀਤੇ ਆ, ਐਂਡ ਮੈਂ ਅੰਦਰ ਨੂੰ ਲੈ ਕੇ ਆਈ ਹਾਂ। ਸੋ ਸੀ ਕਲਰ ਜਦੋਂ ਬਾਹਰ ਨਿਕਲੂੰਗਾ ਮੈਂ ਆਪਣੇ ਅੰਦਰਲੇ ਪਾਸੇ ਨੂੰ ਲੈ ਕੇ ਆਈ। ਜੇ ਤੁਸੀਂ ਚਾਹੁੰਦੇ ਆ ਵੀ ਤੁਹਾਡੇ ਵਾਲ ਜਿੱਦਾਂ ਤੁਹਾਡੇ ਮੂੰਹ ਤੋਂ ਦੂਏ ਪਾਸੇ ਜਾਣ, ਫਿਰ ਤੁਸੀਂ ਬਾਹਰ ਨੂੰ ਕਲ ਕਰ ਸਕਦੇ ਹਾਂ। 30 ਸੈਕਿੰਡਸ ਰੱਖਣਾ ਅਸੀਂ ਵਾਲਾਂ ਨੂੰ ਇੱਦਾਂ, ਐਂਡ ਦੈਨ ਹੁਣ ਅਸੀਂ ਛੱਡ ਲਵਾਂ। ਸੋ ਜੇ ਤੁਸੀਂ ਦੇਖ ਸਕਦੇ ਹਾਂ ਇੱਦਾਂ ਵਾਲ ਹੋ ਗਏ। ਸੋ ਜੇ ਤੁਸੀਂ ਦੇਖ ਸਕਦੇ, ਕਰਕੇ ਅਸੀਂ ਉਹ ਕਲਰ ਵਾਲਾਂ ਦੇ ਥੱਲੇ ਵੀ ਲਿਆ ਸੀਗਾ, ਆਹ ਜਿਹੜੀ ਵੋਲੀਅਮ ਆ ਆਪਣੇ ਵਾਲ ਜਿਹੜੇ ਆ ਉਹ ਥੋੜ੍ਹੇ ਬਾਹਰ ਨੂੰ ਜਾ ਕੇ ਇੱਦਾਂ ਥੱਲੇ ਡਿੱਗੇ ਆ। ਜੇ ਤੁਸੀਂ ਦੂਸਰੇ ਪਾਸੇ ਕਰਦੇ ਫਿਰ ਤੁਹਾਡੇ ਇੱਧਰ ਨੂੰ ਕਰੀਸ ਹੁੰਦਾ। ਸੋ ਇੱਧਰ ਨੂੰ ਦੇਖ ਲਓ ਤੁਸੀਂ ਇੱਦਾਂ ਵਾਲ ਡਿੱਗ ਗਿਆ। ਹੁਣ ਤੁਸੀਂ ਇੱਕ ਹੋਰ ਚੀਜ਼ ਕਰ ਸਕਦੇ ਆ, ਜਦੋਂ ਇਹ ਤੱਤੇ ਤੱਤੇ ਵਾਲ ਡਿੱਗੇ ਸੀਗੇ ਤੁਸੀਂ ਇਹਨਾਂ ਨੂੰ ਇੱਦਾਂ ਹੀ ਜਿੱਦਾਂ ਕਲਰ 'ਚੋਂ ਨਿਕਲੇ ਸੀਗੇ ਤੁਸੀਂ ਇੱਦਾਂ ਹੀ ਇਹਨਾਂ ਨੂੰ ਕਲਿੱਪ ਕਰ ਸਕਦੇ ਆ। ਜੇ ਤੁਸੀਂ ਕਲਿੱਪ ਕਰੋਗੇ ਫਿਰ ਤੁਹਾਡੇ ਜਿਹੜੇ ਕਰਲਸ ਆ ਉਹ ਪੂਰਾ ਦਿਨ ਲਾਸਟ ਕਰੋਗੇ, ਬਿਕੋਜ਼ ਉਹ ਤੁਸੀਂ ਹੀਟ ਦੇ ਵਿੱਚ ਰੈਪ ਕਰ ਦਿੱਤੇ। ਪਰ ਕਰਕੇ ਮੈਂ ਚਾਹੁੰਦੀ ਸੀ ਕਿ ਇਹ ਵੀਡੀਓ ਥੋੜ੍ਹੀ ਬੇਸਿਕ ਹੋਵੇ ਐਂਡ ਸਾਰਿਆਂ ਵਾਸਤੇ ਹੋਵੇ, ਅਸੀਂ ਬਸ ਕਰਲ ਕਰਕੇ ਰੱਖ ਦਿੰਦੇ ਹਾਂ, ਆਪਾਂ ਬਾਹਲਾ ਕੁਛ ਕਰਨਾ ਨਹੀਂ, ਬਿਕੋਜ਼ ਮੈਂ ਚਾਹੁੰਦੀ ਨਹੀਂ ਵੀ ਆਹ ਵੀਡੀਓ ਬਾਹਲੀ ਕੰਪਲੀਕੇਟਡ ਹੋਵੇ। ਅਗੈਨ ਤੁਸੀਂ ਦੇਖੋਗੇ ਮੈਂ ਕਰਲ ਥੱਲੇ ਰੱਖਣਾ ਆ, ਐਂਡ ਦੈਨ ਮੈਂ ਵਾਲ ਉਹਦੇ ਨਾਲ ਨਾਲ ਰੱਪ ਕਰਨਾ। ਰੱਪ ਕਰਕੇ ਹੁਣ ਮੈਂ ਟਾਈਟਲੀ ਇੱਥੇ ਰੱਖ ਲਏ, ਅਨਦਰ 30 ਸੈਕਿੰਡਸ ਲਈ ਰੱਖੋਗੇ, ਐਂਡ ਦੈਨ ਫਿਰ ਅਸੀਂ ਛੱਡ ਦੋਗੇ। ਸੋ ਤੁਸੀਂ ਜ਼ਰੂਰ ਮੈਨੂੰ ਦੱਸਿਓ ਜੇ ਤੁਹਾਨੂੰ ਆਹ ਵੀਡੀਓ ਪੰਜਾਬੀ ਦੇ ਵਿੱਚ ਜ਼ਰੂਰ ਪਸੰਦ ਆਏ, ਫਿਰ ਮੈਂ ਫਿਊਚਰ ਦੇ ਵਿੱਚ ਵੀ ਤੁਹਾਡੇ ਹੋਰ ਬਹੁਤ ਜ਼ਿਆਦਾ ਵੀਡੀਓ ਪੰਜਾਬੀ ਦੇ ਵਿੱਚ ਮੈਂ ਲੈ ਕੇ ਆਊਂਗੀ। ਸੋ ਹੁਣ ਮੈਂ ਫਿਰ ਛੱਡ ਦਿੱਤੇ ਵਾਲ, ਐਂਡ ਉਹੀ ਕਰਲ ਅਸੀਂ ਲੈ ਕੇ ਆਏ ਆ, ਐਂਡ ਜੇ ਤੁਸੀਂ ਦੇਖ ਸਕਦੇ ਨਾਲ ਹੀ ਇਹਦੇ ਬਲੈਂਡ ਹੋ ਗਏ ਆ ਉਹ ਵਾਲ। ਸੋ ਹੁਣ ਅਸੀਂ ਕੰਟੀਨਿਊ ਕਰਨਾ ਆ ਬਾਕੀ ਜਿਹੜੇ ਵਾਲ ਆ ਉਹਨਾਂ ਨੂੰ ਕਰਲ ਕਰਨ ਲਈ। ਜੇ ਤੁਸੀਂ ਦੇਖ ਸਕਦੇ ਉਹ ਨਾਲ ਰੈਪ ਕਰ ਰਹੇ ਮੈਂ। ਸੋ ਉਹ ਸਭ ਜੇ ਤੁਹਾਨੂੰ ਉਂਗਲੀਆਂ 'ਚ ਥੋੜ੍ਹਾ ਡਰ ਰਿਹਾ, ਇਹਦੇ ਨਾਲ ਇੱਕ ਐਕਚੁਲੀ ਗਲਵ ਵੀ ਮਿਲਿਆ ਸੀਗਾ ਜਿਹੜਾ ਤੁਸੀਂ ਹੱਥ 'ਤੇ ਪਾ ਸਕਦੇ, ਸੋ ਤੁਹਾਡੀਆਂ ਉਂਗਲੀਆਂ ਨਾ ਸਰੂੰਗੀਆਂ। ਮੈਂ ਕਾਫੀ ਯੂਸ ਟੂ ਹਾਂ ਵਾਲ ਕਰਲ ਕਰਨ ਨੂੰ ਐਂਡ ਥੋੜ੍ਹਾ ਬਚਾਅ ਕਰਨ ਲਈ, ਸੋ ਮੈਨੂੰ ਥੋੜ੍ਹਾ ਈਜ਼ੀ ਲੱਗਦਾ ਵਿਦਆਊਟ ਗਲਵ। ਓਕੇ, ਸੋ ਹੁਣ ਸਾਰੇ ਥੱਲੇ ਜਿਹੜੇ ਵਾਲ ਸੀਗੇ ਉਹ ਕਰਲ ਹੋ ਗਏ ਆ, ਅਤੇ ਹੁਣ ਅਸੀਂ ਜਿੱਥੇ ਜੁੜਾ ਆ ਉਹਨੂੰ ਖੋਲ੍ਹ ਕੇ ਹੋਰ ਵਾਲ ਲੈਣੇ। ਸੋ ਹੁਣ ਮੈਂ ਕੀ ਕਰਨਾ ਆ, ਇੱਕ ਸਾਈਡ ਤੋਂ ਵਾਲ ਲੈਣੇ ਆ ਇੰਨੇ ਕੁ ਚੱਕ ਕੇ, ਐਂਡ ਬਾਕੀ ਨੂੰ ਫਿਰ ਮੈਂ ਜੂੜੇ ਦੇ ਵਿੱਚ ਪਾਉਣ ਦੇਣਾ। ਅਸੀਂ ਅੱਧੇ ਵਾਲ ਤਾਂ ਜੂੜੇ ਦੇ ਵਿੱਚ ਪਾ ਲਈਦੇ ਆ, ਐਂਡ ਅੱਧੇ ਹੀ ਛੱਡੀਦੇ ਥੋੜ੍ਹੇ ਥੋੜ੍ਹੇ ਸੈਕਸ਼ਨਸ ਕਰਕੇ,
ਕਿਉਂਕਿ ਨਹੀਂ ਤਾਂ ਤੁਹਾਡੇ ਸਾਰੇ ਜੇ ਬਾਲ ਡਿੱਗੇ ਹੋਣਗੇ ਸੋ ਤੁਹਾਡੇ ਵਿੱਚ ਬਾਲ ਕਈ ਇੱਦਾਂ ਦੇ ਹੋਣਗੇ ਜਿਹੜੇ ਨਹੀਂ ਕਰ ਹੋਣਗੇ ਸੋ ਹੁਣ ਇਹਨੂੰ ਵੀ ਅਸੀਂ ਸੈਕਸ਼ਨ ਬਾਈ ਸੈਕਸ਼ਨ ਲੈ ਲੈਣਾ ਜਿਹੜੇ ਬਾਲ ਪਿੱਛੇ ਨੂੰ ਅਸੀਂ ਕਰਲਰ ਥੱਲੇ ਅਤੇ ਪਿੱਛੇ ਨੂੰ ਕਰਨੇ ਜਿਹੜੇ ਬਾਲ ਸਾਈਡ 'ਤੇ ਅਸੀਂ ਥੱਲੇ ਲੈ ਕੇ ਅਤੇ ਸਾਈਡ ਨੂੰ ਕਰਨੇ ਸਾਡੇ ਕੋਲ ਲਾਸਟ ਸੈਕਸ਼ਨਸ ਰਹਿ ਗਏ ਆ ਬਾਲਾਂ ਦੇ ਜਿਹੜੇ ਜਿੱਦਾਂ ਸਿਰ ਦੇ ਉੱਤੇ ਆ ਸਿਰ ਦੇ ਪਿੱਛੇ ਸੋ ਜੇ ਤੁਸੀਂ ਦੇਖ ਸਕਦੇ ਜਿੰਨੇ ਵੀ ਬਾਲ ਸਿਰ ਦੇ ਉੱਤੇ ਆ ਮੈਂ ਉਹਨਾਂ ਨੂੰ ਪਿੱਛੇ ਨੂੰ ਕਰਲ ਕਰਦੀ ਹਾਂ ਸੋ ਸਾਡੇ ਬਾਲਾਂ ਦੇ ਵਿੱਚ ਵੋਲੀਅਮ ਹੋਵੇ ਜਿਹੜੇ ਆਹ ਮੋਹਰੇ ਉੱਤੇ ਬਾਲ ਹੁੰਦੇ ਇਹ ਹਮੇਸ਼ਾ ਲਾਸਟ ਮੈਂ ਕਰਦੀ ਹੁੰਦੀ ਐਂਡ ਇਹ ਹਮੇਸ਼ਾ ਥੋੜ੍ਹੇ ਕੰਪਲੀਕੇਟਡ ਹੁੰਦੇ ਬਿਕੋਜ਼ ਤੁਸੀਂ ਦੇਖਣਾ ਵੀ ਤੁਹਾਡੇ ਚੀਰ ਕਿੱਧਰ ਦੀ ਨਿਕਲਣਾ ਜੇ ਤੁਸੀਂ ਗੱਭਿਓਂ ਚੀਰ ਕੱਢਣਾ ਚਾਹੁੰਦੇ ਜੇ ਸਾਈਤਾ ਚੀਰ ਕੱਢਣਾ ਚਾਹੁੰਦੇ ਮੈਂ ਹਮੇਸ਼ਾ ਸਾਈਤਾ ਚੀਰ ਕੱਢਦੀ ਮੈਂ ਅੱਜ ਇੱਧਰ ਨੂੰ ਚੀਰ ਕੱਢਣਾ ਸੋ ਆਹ ਵਾਲ ਮੈਂ ਇੱਧਰ ਨੂੰ ਕਰਦੇ ਹਾਂ ਸੋ ਮੈਂ ਦਿਖਾਉਂਦੀ ਤੁਹਾਨੂੰ ਸੋ ਆਹ ਇੱਕ ਹੋਰ ਸੈਕਸ਼ਨ ਰਹਿ ਗਿਆ ਜਿਹੜਾ ਸਿਰ 'ਤੇ ਐਨ ਮਿਡਲ 'ਚ ਆ ਸੋ ਇਹਨੂੰ ਮੈਂ ਪਿੱਛੇ ਨੂੰ ਕਰਲ ਕਰੂੰਗੀ ਐਂਡ ਓਲਸੋ ਜੇ ਤੁਸੀਂ ਕਰਲ ਕਰਦੇ ਹਾਂ ਬਾਲ ਬੈਸਟ ਚੀਜ਼ ਬਾਲਾਂ ਨੂੰ ਕਰਲ ਕਰਨ ਦੇ ਉਦੋਂ ਹੁੰਦਾ ਜੇ ਤੁਹਾਡੇ ਕੋਲ ਜੇ ਤੁਹਾਡੇ ਨਾ ਵੀ ਕੰਡੀਸ਼ਨਰ ਲੱਗਿਆ ਹੋਵੇ ਬਿਕੋਜ਼ ਜਿੰਨੇ ਤੁਹਾਡੇ ਹਨ ਰਫ ਜੇ ਬਾਲ ਆ ਉਨੇ ਜਾਣੇ ਕਰਲਸ ਜ਼ਿਆਦਾ ਵਧੀਆ ਤੁਹਾਡੇ ਸਿਰ ਨੂੰ ਰਹਿੰਦੇ ਆ ਸੋ ਮੇਰੇ ਬਾਲ ਕਾਫੀ ਸਿਲਕੀ ਸਿਲਕੀ ਆ ਉੱਤੋਂ ਮੈਂ ਸਟ੍ਰੇਟਨ ਵੀ ਕੀਤੇ ਸੀਗੇ ਪਰਸੋਂ ਸੋ ਮੇਰੇ ਬਾਲ ਕਾਫੀ ਸਿਲਕੀ ਸਿਲਕੀ ਦੇ ਨਾਲ ਉਹ ਥੋੜ੍ਹੇ ਕਰਲਸ ਹਮੇਸ਼ਾ ਵਿੱਚ ਰਹਿੰਦੇ ਨਹੀਂ ਹੈਗੇ ਰਫ ਹੈਅਰ ਨਾਲ ਕਰਲਸ ਵਿੱਚ ਰਹਿ ਜਾਂਦੇ ਆ ਐਂਡ ਹੁਣ ਮੇਰਾ ਆਖਰੀ ਸੈਕਸ਼ਨ ਹੈਗਾ ਅਗੈਨ ਮੈਂ ਪਿੱਛੇ ਨੂੰ ਕਰ ਰਹੀ ਹਾਂ ਪਰ ਥੋੜ੍ਹੇ ਸਾਈਡ ਨੂੰ ਸੋ ਐਨ ਸਾਈਡ ਨੂੰ ਵੀ ਨਹੀਂ ਅਤੇ ਐਨ ਪਿੱਛੇ ਨੂੰ ਵੀ ਨਹੀਂ ਸੋ ਥੋੜ੍ਹੇ ਥੋੜ੍ਹੇ ਪਿੱਛੇ ਨੂੰ ਅਤੇ ਥੋੜ੍ਹੇ ਸਾਈਡ ਨੂੰ ਤਾਂ ਡਾਇਗਨਲੀ ਤੁਸੀਂ ਲਾ ਲਵੋ ਸੋ ਇਹਨਾਂ ਨੂੰ ਮੈਂ ਕਰਲ ਕਰੂੰਗੀ ਸਰ ਤੁਸੀਂ ਦੇਖਿਓ ਥੋੜ੍ਹੇ ਜਿਹੇ ਤੁਹਾਡੇ ਬਾਲ ਫਲਾਈਓਵਰਸ ਅਤੇ ਹੋਰ ਬਾਲ ਇੱਧਰ ਉੱਧਰ ਨੂੰ ਹੈਗੇ ਆ ਪਰ ਉਹਨਾਂ ਨੂੰ ਅਸੀਂ ਸਾਰੇ ਸੂਟ ਆਊਟ ਕਰਨਾ ਹੁਣ ਮੈਂ ਤੁਹਾਨੂੰ ਥੋੜ੍ਹਾ ਜ਼ੂਮ ਆਊਟ ਕਰ ਦਿੱਤਾ ਸੋ ਮੈਂ ਤੁਹਾਨੂੰ ਦਿਖਾ ਸਕਦੀ ਮੇਰੇ ਕਰਲਸ ਅਤੇ ਅਸੀਂ ਹੁਣ ਇਹਨਾਂ ਨੂੰ ਕਿੱਦਾਂ ਸਟਾਈਲ ਕਰਨਾ ਹੁਣ ਤੁਹਾਡੀ ਆਪਦੀ ਮਰਜ਼ੀ ਆ ਵੀ ਤੁਸੀਂ ਕਿੱਧਰ ਨੂੰ ਆਪਣੇ ਬਾਲ ਸਟਾਈਲ ਕਰਨਾ ਚਾਹੁੰਦੇ ਤਾਂ ਕਿਵੇਂ ਸੋ ਹੁਣ ਮੈਂ ਆਪਣੇ ਬਾਲ ਥੋੜ੍ਹੇ ਸਾਈਡ ਨੂੰ ਸਟਾਈਲ ਕਰਦੀ ਹੁੰਦੀ ਸੋ ਜੇ ਤੁਸੀਂ ਦੇਖ ਸਕਦੇ ਮੈਂ ਇੱਥੋਂ ਥੋੜ੍ਹਾ ਚੀਰ ਕੱਢਿਆ ਆਪਣਾ ਐਂਡ ਇੱਧਰ ਨੂੰ ਸਾਰੇ ਬਾਲ ਇੱਕ ਪਾਸੇ ਨੂੰ ਪਾ ਲੈਂਦੇ ਐਂਡ ਇੱਧਰ ਨੂੰ ਇੱਧਰ ਨੂੰ ਸੋ ਤੁਸੀਂ ਦੇਖ ਸਕਦੇ ਹਾਂ ਵੀ ਜਿਹੜੇ ਅਸੀਂ ਕਲਰ ਦੇ ਨਾਲ ਉੱਤੇ ਨੂੰ ਬਾਲ ਪਾਏ ਸੀਗੇ ਅਤੇ ਪਿੱਛੇ ਨੂੰ ਉਹਦੇ ਨਾਲ ਆਹ ਵੋਲੀਅਮ ਜਿਹੜੀ ਬਣੀ ਆ ਉਹਦੇ ਨਾਲ ਕ੍ਰੀਏਟ ਹੋਈ ਆ ਸੋ ਹੁਣ ਅਸੀਂ ਕੀ ਕਰਨਾ ਆ ਸਾਡੇ ਕੋਈ ਵੀ ਕਰਲਸ ਖੁੱਲ੍ਹਣ ਤੋਂ ਪਹਿਲਾਂ ਬਾਲਾਂ ਨੂੰ ਇੱਕ ਸਾਈਡ 'ਤੇ ਕਰਕੇ ਅਤੇ ਹੇਅਰ ਸਪਰੇ ਲਾਉਣੀ ਆ ਜਿਹੜੀ ਹੇਅਰ ਸਪਰੇ ਮੈਂ ਵਰਤਣ ਲੱਗੀ ਹਾਂ ਇਹ ਹੈਗੀ ਲੋਰੀਅਲ ਪੈਰਿਸ ਦੀ ਇਲਨੈਟ ਐਂਡ ਇਹ ਹੈਗੀ ਕਲਰਡ ਹੈਅਰ ਵਾਸਤੇ ਐਂਡ ਸਟਰੋਂਗ ਹੋਲਡ ਸੋ ਮੈਂ ਹਮੇਸ਼ਾ ਸਟਰੋਂਗ ਹੋਲਡ ਵਰਤਦੀ ਹੁੰਦੀ ਹਾਂ ਸੋ ਇਹਨੂੰ ਸ਼ੇਕ ਕਰਕੇ ਐਂਡ ਆਪਣੇ ਹੱਥ ਦੇ ਨਾਲ ਕਰਲਸ ਨੂੰ ਸਕ੍ਰੰਚ ਕਰ ਹੁਣ ਮੈਂ ਬਾਲਾਂ ਨੂੰ ਇਸ ਸਾਈਡ ਨੂੰ ਘੁਮਾਉਂਗੀ ਜਿਹੜੇ ਇੱਧਰੋਂ ਨਹੀਂ ਕਰਲ
ਹੈਅਰ ਸਪਰੇ ਲੱਗੀ ਆਪਣੇ ਹੱਥ ਦੇ ਨਾਲ ਵਾਲਾਂ ਨੂੰ ਬਾਲਣਾ ਸੋ ਮੈਨੂੰ ਕਾਫੀ ਵੇਵੀ ਲੁੱਕ ਪਸੰਦ ਆ ਵਾਲਾਂ ਦੀ ਵੇਵੀ ਮਤਲਬ ਇਹ ਕਰਲਸ ਥੋੜੇ ਜਿਹੇ ਖੁੱਲੇ ਖੁੱਲੇ ਜਿਹੇ ਹੋਣ ਮੈਨੂੰ ਵਾਲੇ ਟਾਈਟ ਕਰਲਸ ਨਹੀਂ ਪਸੰਦ ਓਕੇ ਗਾਇਸ ਸੋ ਹੁਣ ਤੁਸੀਂ ਦੇਖ ਸਕਦੇ ਆ ਵੀ ਮੇਰੇ ਵਾਲ ਕਰਲ ਹੋ ਚੁੱਕੇ ਆ ਤੇ ਮੈਂ ਸਟਾਈਲ ਵੀ ਕਰ ਲਏ ਜਿਹੋ ਜਿਹੇ ਮੈਂ ਸਟਾਈਲ ਕਰਨੇ ਸੀਗੇ ਸੋ ਆਈ ਰੀਲੀ ਹੋਪ ਵੀ ਤੁਹਾਨੂੰ ਇਹ ਵੀਡੀਓ ਜ਼ਰੂਰ ਪਸੰਦ ਹੋਵੇ ਐਂਡ ਭੁੱਲਿਓ ਨਾ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਜੇ ਤੁਹਾਨੂੰ ਜਿੱਦਾਂ ਮੈਂ ਵਾਲ ਕਰਲ ਕੀਤੇ ਚੰਗੇ ਲੱਗੇ ਤੇ ਥੱਲੇ ਜ਼ਰੂਰ ਕਮੈਂਟਸ ਦੇ ਵਿੱਚ ਕਮੈਂਟ ਵੀ ਕਰਨਾ ਤੇ ਮੇਰੇ ਚੈਨਲ ਨੂੰ ਥੰਬਸ ਅਪ ਵੀ ਦੇਣਾ ਤੇ ਜੇ ਤੁਸੀਂ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਹੈਗੇ ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਨੋਟੀਫਿਕੇਸ਼ਨ ਬੈਲ ਜ਼ਰੂਰ ਔਨ ਕਰਨਾ ਸੋ ਐਵਰੀ ਟਾਈਮ ਮੈਂ ਇੱਕ ਨਵੀਂ ਵੀਡੀਓ ਲੈ ਕੇ ਆਵਾਂ ਤੁਹਾਡੇ ਵਾਸਤੇ ਤੁਹਾਨੂੰ ਜ਼ਰੂਰ ਪਤਾ ਲੱਗ ਜਾਵੇ ਐਂਡ ਆਲਸੋ ਇੱਥੇ ਮੈਂ ਆਪਣਾ ਇੰਸਟਾਗ੍ਰਾਮ ਵੀ ਕੀਤਾ ਆ ਸੋ ਜੇ ਤੁਸੀਂ ਮੈਨੂੰ ਨਹੀਂ ਫੋਲੋ ਕਰਦੇ ਇੰਸਟਾਗ੍ਰਾਮ 'ਤੇ ਤਾਂ ਮੇਰੇ ਇੰਸਟਾਗ੍ਰਾਮ 'ਤੇ ਜ਼ਰੂਰ ਫੋਲੋ ਕਰਨਾ ਅਤੇ ਤੁਸੀਂ ਮੇਰੀ ਡੇ ਟੂ ਡੇ ਲਾਈਫ ਵੀ ਦੇਖ ਸਕਦੇ ਮੈਂ ਕਾਫੀ ਕੁਛ ਉਹਤੇ ਪੋਸਟ ਕਰਦੀ ਹੁੰਦੀ ਥੋੜ੍ਹਾ ਫੈਸ਼ਨ ਬਾਰੇ ਵੀ ਹੋਰ ਮੇਕਅਪ ਲੁੱਕਸ ਵੀ ਆ ਸੋ ਜ਼ਰੂਰ ਉਹਤੇ ਵੀ ਮੈਨੂੰ ਜ਼ਰੂਰ ਫੋਲੋ ਕਰਨਾ ਪਰ ਇਸ ਵੀਡੀਓ ਲਈ ਬਸ ਇੰਨਾ ਹੀ ਸੀਗਾ ਐਂਡ ਆਈ ਰੀਲੀ ਹੋਪ ਵੀ ਤੁਹਾਨੂੰ ਜ਼ਰੂਰ ਪਸੰਦ ਹੋਵੇ ਐਂਡ ਅਸੀਂ ਮਿਲਦੇ ਹਾਂ ਹੁਣ ਨੈਕਸਟ ਟਾਈਮ ਬਾਏ ਗਾਇਜ਼